ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ ਅੱਜ ਦੀ ਇਸ ਕਲਾਸ ਵਿੱਚ ਮੈਂ ਪੰਜਾਬ ਪੁਲਿਸ ਕਨਸਟੇਬਲ ਦਾ ਜੋ ਪ੍ਰੀਵੀਅਸ ਈਅਰ ਪੇਪਰ ਹੋਇਆ ਸੀ ਉਸਦੇ ਕੁਐਸਚਨ ਮੈਂ ਕਰਵਾਉਂਗਾ ਸੈਕੰਡ ਸੈੱਟ ਮੈਂ ਲੈ ਕੇ ਆਇਆ ਹਾਂ ਇਸ ਤੋਂ ਪਹਿਲਾਂ ਪਹਿਲੇ ਸੈੱਟ ਦੇ ਕੁਐਸਚਨ ਤੁਹਾਨੂੰ ਮੈਂ ਕਰਵਾ ਚੁੱਕੇ ਹਾਂ ਠੀਕ ਹੈ ਚਾਰ ਸ਼ਿਫਟਾਂ ਦੇ ਵਿੱਚ ਚਾਰ ਅਲੱਗ-ਅਲੱਗ ਇਹ ਕੁਐਸਚਨ ਆਏ ਸੀ ਠੀਕ ਹੈ ਸੋ ਸਾਰੇ ਤੁਹਾਨੂੰ ਕਰਵਾ ਦੇਣੇ ਆ ਫਸਟ ਹੈ ਜਿਹੜਾ ਪੇਪਰ ਉਸਦੇ ਮੈਂ ਕਰਵਾ ਚੁੱਕੇ ਹਾਂ ਹੁਣ ਸੈਕੰਡ ਦੇ ਮੈਂ ਇਸ ਵੀਡੀਓ ਵਿੱਚ ਕਰਵਾਉਂਗਾ ਉਸ ਤੋਂ ਪਹਿਲਾਂ ਤੁਹਾਨੂੰ ਇੱਕ ਇੰਪੋਰਟੈਂਟ ਜਾਣਕਾਰੀ ਦੇਣੀ ਹੈ ਸੋ ਸਾਰੇ ਜਣੇ ਸੁਣ ਲੋ ਧਿਆਨ ਨਾਲ ਟੈਲੀਗ੍ਰਾਮ ਦੇ ਉੱਤੇ ਤੁਹਾਡੇ ਲਈ ਇੱਕ ਨਵਾਂ ਕਨਸੈਪਟ ਲੈ ਕੇ ਆਏ ਹਾਂ ਕੁਇਜ਼ ਰੋਜ਼ ਰਾਤ ਨੂੰ 9 ਜਾਂ 9:30 ਵਜੇ ਹੋਇਆ ਕਰੇਗੀ ਉਸ ਦੀ ਟਾਈਮਿੰਗ ਤੁਹਾਨੂੰ ਮੈਂ ਟੈਲੀਗ੍ਰਾਮ ਦੇ ਉੱਤੇ ਦੱਸ ਦੂੰਗਾ ਸਾਰੇ ਜਾਣੇ ਜੀਕੇ ਫੈਕਟਸ ਸਰਚ ਕਰਕੇ ਟੈਲੀਗ੍ਰਾਮ ਦੇ ਉੱਤੇ ਜੁਆਇਨ ਕਰ ਲਓ ਜਾਂ ਫਿਰ ਮੇਰੇ ਨੰਬਰ ਦੇ ਉੱਤੇ ਮੈਸੇਜ ਕਰ ਲਓ ਜੋ ਸਕਰੀਨ ਦੇ ਉੱਤੇ ਨੰਬਰ ਆ ਰਿਹਾ ਹੈ ਮੇਰਾ ਨੰਬਰ ਸੇਵ ਕਰ ਲਿਓ ਮੈਂ ਤੁਹਾਡਾ ਨੰਬਰ ਸੇਵ ਕਰ ਲਊਗਾ ਜਦੋਂ ਤੁਹਾਡਾ ਮੈਸੇਜ ਆਊਗਾ ਸੋ ਸਾਰੇ ਜਾਣੇ ਇਸ ਕੁਇਜ਼ ਨੂੰ ਜ਼ਰੂਰ ਜੁਆਇਨ ਕਰਿਓ ਬਿਲਕੁਲ ਫ੍ਰੀ ਦੇ ਵਿੱਚ ਇਹ ਕੁਇਜ਼ ਹੋਇਆ ਕਰੇਗੀ ਇਸ ਦੇ ਵਿੱਚ ਅਲੱਗ-ਅਲੱਗ ਸਬਜੈਕਟਾਂ ਦੇ ਡੇਲੀ ਤੁਹਾਨੂੰ ਕੁਐਸਚਨ ਮਿਲਿਆ ਕਰਨਗੇ ਇੰਪੋਰਟੈਂਟ ਕੁਐਸਚਨ ਜੋ ਵੀ ਹੋਣਗੇ ਸੋ ਸਾਰੇ ਜਣੇ ਟੈਲੀਗ੍ਰਾਮ ਜ਼ਰੂਰ ਜੁਆਇਨ ਕਰੋ ਤੇ ਤੁਹਾਡੇ ਲਈ ਸਪੈਸ਼ਲ ਨੋਟਸ ਬਣਾਏ ਆ ਕਾਂਸਟੇਬਲ ਦੇ ਏ ਟੂ ਜ਼ेड ਸਿਲੇਬਸ ਕਵਰ ਆ ਪੰਜਾਬੀ ਦੇ ਵਿੱਚ ਹੀ ਮਿਲਣਗੇ ਇਹਨਾਂ ਨੋਟਸਾਂ ਦੇ ਨਾਲ ਤੁਹਾਨੂੰ ਪੇਪਰ 1 ਦੇ ਜਾਨੀ ਕਿ ਕਾਂਸਟੇਬਲ ਦੇ ਪੇਪਰ ਦੇ 5 ਮੌਕ ਟੈਸਟ ਬਿਲਕੁਲ ਫ੍ਰੀ ਪੰਜਾਬੀ ਦੇ ਪੇਪਰ ਦੇ 10 ਮੌਕ ਟੈਸਟ ਬਿਲਕੁਲ ਫ੍ਰੀ ਪ੍ਰੀਵੀਅਸ ਈਅਰ ਕੁਐਸਚਨ ਪੇਪਰ ਨਾਲ ਇਹਨਾਂ ਦੇ ਮਿਲਣਗੇ ਠੀਕ ਹੈ ਸਾਰਾ ਇਹ ਸਿਲੇਬਸ ਦੇਖ ਲਓ ਇੰਡ ਪੰਜਾਬੀ ਕੰਪਿਊਟਰ ਮੈਥ ਰੀਜ਼ਨਿੰਗ ਸਾਰਿਆਂ ਦੇ ਕੁਐਸਚਨ ਇਸ ਪੀਡੀਐਫ ਦੇ ਵਿੱਚ ਮਿਲਣਗੇ ਇਹ ਤੁਹਾਨੂੰ ਪੀਡੀਐਫ ਮਿਲੇਗੀ WhatsApp ਦੇ ਉੱਤੇ ਸਿਰਫ 250 ਰੁਪਏ ਦੇ ਵਿੱਚ ਪੀਡੀਐਫ ਮਿਲ ਜਾਏਗੀ ਜਿਸ ਦੇ ਵਿੱਚ 15 ਮੌਕ ਟੈਸਟ ਫ੍ਰੀ ਪ੍ਰੀਵੀਅਸ ইয়ার ਕੁਐਸਚਨ ਪੇਪਰ ਸਾਰੇ ਸਬਜੈਕਟਾਂ ਦੇ ਕੁਐਸਚਨ ਠੀਕ ਹੈ ਟੌਪਿਕ ਵਾਈਜ਼ ਜੋ ਵੀ ਤੁਹਾਡੇ ਸਿਲੇਬਸ ਦੇ ਵਿੱਚ ਟੌਪਿਕ ਹੈ ਉਹਨਾਂ ਟੌਪਿਕ ਵਾਈਜ਼ ਕੁਐਸਚਨ ਬਣਾਏ ਗਏ ਹਨ ਉਹਨਾਂ ਟੌਪਿਕਸ ਨੂੰ ਚੱਕ ਕੇ ਠੀਕ ਹੈ ਮੈਥ ਅਤੇ ਰੀਜ਼ਨਿੰਗ ਦਾ ਸੋਲੂਸ਼ਨ ਵੀ ਦਿੱਤਾ ਗਿਆ ਤਾਂ ਜੋ ਕੁਐਸਚਨ ਤੁਹਾਨੂੰ ਸਮਝ ਆ ਸਕੇ ਪੰਜਾਬੀ ਦੇ ਵਿੱਚ ਬੁੱਕ ਹੈ ਜਿਹੜੀ ਇਹ ਤਿਆਰ ਕੀਤੀ ਗਈ ਹੈ ਸਾਰੇ ਸਬਜੈਕਟਾਂ ਦੀ ਇਹ ਬੁੱਕ ਹੈ ਇਸ ਦਾ ਪ੍ਰਾਈਸ ਇੰਨਾ ਘੱਟ ਰੱਖਿਆ ਗਿਆ ਤਾਂ ਜੋ ਹਰੇਕ ਸਟੂਡੈਂਟ ਇਸ ਨੂੰ ਲੈ ਸਕੇ ਅਤੇ ਪੇਪਰ ਦੀ ਆਪਣੀ ਤਿਆਰੀ ਕਰ ਸਕੇ ਮੈਥ ਰੀਜ਼ਨਿੰਗ ਦੇ ਕੁਐਸਚਨ ਵੀ ਤੁਹਾਨੂੰ ਦਿਖਾ ਦਿੰਨਾ ਆ ਦੇਖ ਲਓ ਤੁਹਾਡੇ ਸਾਹਮਣੇ ਇਸ ਤਰ੍ਹਾਂ ਦੇ ਕੁਐਸਚਨ ਤੁਹਾਨੂੰ ਪੰਜਾਬੀ ਦੇ ਵਿੱਚ ਮੈਥ ਅਤੇ ਰੀਜ਼ਨਿੰਗ ਦੇ ਮਿਲ ਜਾਣਗੇ ਠੀਕ ਹੈ ਇਸ ਪੀਡੀਐਫ ਦੇ ਵਿੱਚ ਸੋ ਇਹ ਪੀਡੀਐਫ ਤੁਹਾਨੂੰ 250 ਰੁਪਏ ਦੇ ਵਿੱਚ WhatsApp ਦੇ ਉੱਤੇ ਮਿਲੇਗੀ ਠੀਕ ਹੈ ਬੁੱਕ ਦੇ ਰੂਪ ਵਿੱਚ ਇਹ ਪੀਡੀਐਫ ਤਿਆਰ ਕੀਤੀ ਗਈ ਹੈ ਮੇਰਾ ਇੰਨਾ ਬਜਟ ਨਹੀਂ ਕਿ ਮੈਂ ਬੁੱਕ ਪਬਲਿਸ਼ ਕਰਵਾ ਸਕਾਂ ਉਸ ਦੇ ਉੱਤੇ ਲੱਖਾਂ ਦਾ ਖਰਚਾ ਹੈ ਠੀਕ ਹੈ ਸੋ ਤੁਹਾਨੂੰ ਪਤਾ ਹੀ ਹੈ ਕਿ ਮੈਂ ਫੀਸ ਵੀ ਨਹੀਂ ਲੈਂਦਾ ਤੇ ਇੰਨੀ ਜ਼ਿਆਦਾ ਇਨਕਮ ਵੀ ਨਹੀਂ ਹੈ ਕਿ ਇੰਨਾ ਮੈਂ ਖਰਚਾ ਕਰ ਸਕਾਂ ਸੋ ਤਾਂ ਹੀ ਇਹ ਪੀਡੀਐਫ ਰੂਪ ਦੇ ਵਿੱਚ ਹੀ ਤੁਹਾਨੂੰ ਮਿਲੇਗੀ ਪਰ ਇਸ ਦੇ ਵਿੱਚ ਸਾਰੇ ਵਧੀਆ ਕੁਐਸਚਨ ਹਨ ਤੁਹਾਡੀ ਤਿਆਰੀ ਵਧੀਆ ਹੋ ਜਾਊਗੀ ਜੇ ਤੁਸੀਂ ਲੈਣੀ ਹੈ ਮੇਰੇ ਨੰਬਰ ਦੇ ਉੱਤੇ ਮੈਸੇਜ ਕਰ ਸਕਦੇ ਆ ਠੀਕ ਹੈ 220 ਰੁਪਿਆ ਮੇਰੇ ਨੰਬਰ ਦੇ ਉੱਤੇ Google Pay PhonePe ਜਾਂ Paytm ਰਾਹੀਂ ਸੈਂਡ ਕਰਕੇ ਸਕਰੀਨਸ਼ਾਟ ਭੇਜ ਦਿਓ ਇਸੇ ਨੰਬਰ ਦੇ ਉੱਤੇ WhatsApp ਦੇ ਉੱਤੇ ਤੁਹਾਨੂੰ PDF ਇਹ ਮਿਲ ਜਾਊਗੀ ਤੇ ਤੁਹਾਨੂੰ ਸਪੈਸ਼ਲ ਗਰੁੱਪ ਦੇ ਵਿੱਚ ਐਡ ਕੀਤਾ ਜਾਇਆ ਜਾਵੇਗਾ ਜਿਸ ਦੇ ਵਿੱਚ ਤੁਹਾਨੂੰ ਪੇਪਰ ਜਦੋਂ ਤੱਕ ਤੁਹਾਡਾ ਹੁੰਦਾ ਹੈ ਉਦੋਂ ਤੱਕ ਹੋਰ ਜੋ ਇੰਪੋਰਟੈਂਟ ਨੋਟਸ ਮੈਨੂੰ ਲੱਗਣਗੇ ਉਹ ਬਿਲਕੁਲ ਫ੍ਰੀ ਦੇ ਵਿੱਚ ਦਿੱਤੇ ਜਾਣਗੇ ਜਿਹੜੇ ਇਸ ਬੁੱਕ ਨੂੰ ਲੈ ਰਹੇ ਆ ਸਿਰਫ ਮੈਂ ਉਹਨਾਂ ਨੂੰ ਹੀ ਇਸ ਸਪੈਸ਼ਲ ਗਰੁੱਪ ਦੇ ਵਿੱਚ ਜੋ WhatsApp ਦੇ ਉੱਤੇ ਬਣਿਆ ਹੈ ਉਸ ਦੇ ਵਿੱਚ ਐਡ ਕਰ ਰਹੇ ਹਾਂ ਠੀਕ ਹੈ ਚਲੋ ਹੁਣ ਆਪਾਂ ਸ਼ੁਰੂ ਕਰਦੇ ਹਾਂ ਪੇਪਰ ਨੂੰ ਫਸਟ ਕੁਐਸ਼ਨ ਹੈ 2020 ਦਾ ਹੋਣਵਿਲ ਉਤਸਵ ਭਾਰਤ ਦੇ ਕਿਸ ਰਾਜ ਵਿੱਚ ਮਨਾਇਆ ਗਿਆ ਸੀ ਕਿਹੜੇ ਰਾਜ ਵਿੱਚ ਮਨਾਇਆ ਗਿਆ ਸੀ ਨਾਗਾ ਲੈਂਡ ਰਾਈਟ ਆਨਸਰ ਹੋ ਜੂਗਾ ਨਾਗਾ ਲੈਂਡ ਦੇ ਵਿੱਚ ਪੇਪਰ ਤੁਹਾਨੂੰ ਪੰਜਾਬੀ ਅਤੇ ਇੰਗਲਿਸ਼ ਦੋਨੋਂ ਲੈਂਗੁਏਜ ਵਿੱਚ ਆਏਗਾ ਪਰ ਇਹ ਇਸ ਵਾਰ ਪੇਪਰ ਹੋਣਾ ਤੁਹਾਡਾ ਕੰਪਿਊਟਰ ਦੇ ਉੱਤੇ ਠੀਕ ਹੈ ਪਹਿਲਾਂ ਇਹ ਪੇਪਰ ਹੈ ਜਿਹੜਾ ਆਫਲਾਈਨ ਹੋਇਆ ਸੀ ਹੁਣ ਹੋਣਾ ਆਨਲਾਈਨ ਕੰਪਿਊਟਰ ਦੇ ਉੱਤੇ ਸੈਂਟਰਾਂ ਦੇ ਵਿੱਚ ਹੋਣਾ ਠੀਕ ਹੈ ਪੰਜਾਬ ਦੇ ਉੱਤਰ ਪੂਰਬ ਵਿੱਚ ਡੈਸ਼ ਹਨ ਉੱਤਰ ਪੂਰਬ ਵਿੱਚ ਕਿਹ ਹੈ ਰਾਈਟ ਆਨਸਰ ਹੋ ਜੂਗਾ ਸ਼ਿਵਾਲਕ ਦੇ ਪਹਾੜ ਠੀਕ ਹੈ ਸ਼ਿਵਾਲਕ ਦੇ ਪਹਾੜ ਹੈ ਉੱਤਰ ਪੂਰਬ ਦੇ ਵਿੱਚ ਇਹਨਾਂ ਵਿੱਚੋਂ ਕਿਸ ਕਾਰਜ ਲਈ ਇਸਰੋ ਨੇ ਦਸੰਬਰ 2020 ਵਿੱਚ CMS 01 ਸੈਟੇਲਾਈਟ ਲਾਂਚ ਕੀਤਾ ਹੈ ਕਰੰਟ ਅਫੇਅਰ ਦੇ ਕੁਐਸਚਨ ਵੀ ਮੈਂ ਬੁੱਕ ਦੇ ਵਿੱਚ ਪਾਏ ਆ ਜੋ ਤੁਹਾਡੇ ਲਈ ਰੈਡੀ ਕੀਤੀ ਹੈ ਠੀਕ ਹੈ ਪਿਛਲੇ 8 ਮਹੀਨਿਆਂ ਦੇ ਕਰੰਟ ਅਫੇਅਰ ਦੇ ਕੁਐਸਚਨ ਉਸ ਬੁੱਕ ਦੇ ਵਿੱਚ ਤੁਹਾਨੂੰ ਮਿਲਣਗੇ ਮਹੀਨਾ ਵਾਈਜ਼ ਇੰਪੋਰਟੈਂਟ ਡੇਸ ਸਪੋਰਟਸ ਨਾਲ ਰਿਲੇਟਡ ਸਾਰਾ ਕੁਝ ਮੈਂ ਉਸ ਪੀਡੀਐਫ ਵਿੱਚ ਪਾਇਆ ਹੈ। ਸੋ ਇਹ ਕਰੰਟ ਅਫੇਅਰ ਦਾ ਕੁਐਸਚਨ ਪੁੱਛਿਆ ਗਿਆ ਸੀ। ਠੀਕ ਹੈ। ਇਸ ਦਾ ਰਾਈਟ ਆਨਸਰ ਹੋ ਜਾਊਗਾ অপਸ਼ਨ ਬੀ ਸਿਰਫ 2 ਸੰਚਾਰ ਨਾਲ ਰਿਲੇਟਡ ਸੈਟੇਲਾਈਟ ਲਾਂਚ ਕੀਤਾ ਗਿਆ। IIT ਖੜਗਪੁਰ ਦੁਆਰਾ ਲਾਂਚ ਕੀਤੀ ਗਈ ਕੋਬ ਆਈਆਰਏਪ ਤਕਨੀਕ ਦੀ ਡੈਸ਼ ਲਈ ਵਰਤੋਂ ਕੀਤੀ ਜਾਵੇਗੀ ਕਿਸ ਦੇ ਲਈ ਵਰਤੋਂ ਕੀਤੀ ਜਾਵੇਗੀ ਇਸ ਦੀ ਇਸ ਦਾ ਰਾਈਟ ਆਨਸਰ ਹੋ ਜਾਊਗਾ ਆਪਸ਼ਨ ਬੀ ਕੋਵਿਡ 19 ਦੇ ਨਿਦਾਨ ਦੇ ਲਈ ਠੀਕ ਹੈ ਭਾਰਤ ਦੇ ਅੰਤਰਰਾਸ਼ਟਰੀ ਫਿਲਮ ਉਤਸਵ 2020 ਦੀ ਮੇਜਬਾਨੀ ਕਿੱਥੇ ਹੋਈ ਕਿੱਥੇ ਹੋਈ? ਗੋਆ ਦੇ ਵਿੱਚ ਅ ਇਸ ਦੀ ਮੇਜਬਾਨੀ ਆ ਜਿਹੜੀ ਉਹ ਹੋਈ ਸੀ 2020 ਦੇ ਵਿੱਚ ਅੰਤਰਰਾਸ਼ਟਰੀ ਫਿਲਮ ਉਤਸਵ ਦੀ। ਭਾਰਤ ਦੀ ਅਰਥਵਿਵਸਥਾ ਦੀ ਰੀੜ ਦੀ ਹੱਡੀ ਕਿਹੜੀ ਹੈ? ਅਰਥਵਿਵਸ Sorry ਪੰਜਾਬ ਦੀ ਅਰਥਵਿਵਸਥਾ ਦੀ ਰੀੜ ਦੀ ਹੱਡੀ ਹੈ। ਡੈਸ਼ ਕਿਹੜੀ ਹੈ? ਰਾਈਟ ਆਨਸਰ ਇਸ ਦਾ ਹੋ ਜੂਗਾ অপਸ਼ਨ ਬੀ। ਖੇਤੀਬਾੜੀ ਖੇਤੀਬਾੜੀ ਦੇ ਉੱਤੇ ਭਾਰਤ ਦੀ ਪੰਜਾਬ ਦੀ ਅਰਥਵਿਵਸਥਾ ਨਿਰਭਰ ਹੈ। 8 ਦਿੱਤੇ ਆਗੂਆਂ ਵਿੱਚੋਂ ਕਿਸ ਨੂੰ ਪੰਜਾਬ ਕੇਸਰੀ ਵਜੋਂ ਜਾਣਿਆ ਜਾਂਦਾ ਹੈ? ਪੰਜਾਬ ਕੇਸਰੀ ਵਜੋਂ ਕਿਸ ਨੂੰ ਜਾਣਿਆ ਜਾਂਦਾ ਲਾਲਾ ਲਾਜਪਤਰਾਏ। ਨਾਲ ਦੀ ਨਾਲ ਆਨਸਰ ਦੇਣ ਦੀ ਟਰਾਈ ਕਰੋ ਤੁਸੀਂ ਠੀਕ ਹੈ। ਸਿੱਖਾਂ ਦੇ ਪਹਿਲੇ ਗੁਰੂ ਕੌਣ ਹਨ ਜਿਨ੍ਹਾਂ ਨੇ ਸਿੱਖ ਧਰਮ ਦੀ ਸਥਾਪਨਾ ਕੀਤੀ? ਸ੍ਰੀ ਗੁਰੂ ਨਾਨਕ ਦੇਵ ਜੀ ਰਾਈਟ ਆਨਸਰ ਹੋ ਜਾਊਗਾ। ਕਿਹੜੀ ਚਟਾਨ ਸਤਾ ਦੇ ਹੇਠ ਪਿੰਗਲੇ ਮੈਗਮਾ ਦੇ ਹੌਲੀ-ਹੌਲੀ ਠੰਡੇ ਹੋਣ ਕਾਰਨ ਬਣਦੀ ਹੈ ਕਿਹੜੀ ਚਟਾਨ ਬਣਦੀ ਹੈ ਆਗਨੀਯੁਕਤ ਚਟਾਨ ਰਾਈਟ ਆਨਸਰ ਹੋ ਜਾਊਗਾ ਠੀਕ ਹੈ অপਸ਼ਨ ਆ ਬੀ ਨੈਕਸਟ ਕੁਐਸਚਨ ਛਿੜਕਾ ਸंचाई ਪ੍ਰਣਾਲੀ ਨੂੰ ਡੈਸ਼ ਵੀ ਕਿਹਾ ਜਾਂਦਾ ਹੈ ਛਿੜਕਾ ਸਿੰਚਾਈ ਪ੍ਰਣਾਲੀ ਨੂੰ ਕੀ ਕਿਹਾ ਜਾਂਦਾ ਹੈ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ? ਓਵਰਹੈੱਡ ਸਿਚਾਈ ਠੀਕ ਹੈ ਓਵਰਹੈੱਡ ਸਿਚਾਈ ਰਾਈਟ ਆਨਸਰ ਹੋ ਜਾਊਗਾ। ਨੈਕਸਟ ਕੁਐਸਚਨ ਹੈ ਕਿਸ ਵਿਧੀ ਵਿੱਚ ਬੀਜਾਂ ਨੂੰ ਕਾਗਜ਼ ਦੀ ਇੱਕ ਜਾਂ ਇੱਕ ਤੋਂ ਵੱਧ ਪਰਤਾਂ ਦੇ ਉੱਪਰ ਪੁੰਗਰਨ ਦਿੱਤਾ ਜਾਂਦਾ ਹੈ ਜਿਨ੍ਹਾਂ ਨੂੰ ਨਾ ਤਾਂ ਨੱਥੀ ਪਾਰਦਰਸ਼ੀ ਪਾਰਦਰਸ਼ੀ ਪੈਂਟਰੀ ਡਿਸ਼ਾਂ ਜਾਂ ਬਕਸਿਆਂ ਵਿੱਚ ਰੱਖਿਆ ਜਾਂਦਾ ਹੈ ਅਤੇ ਇੱਕ ਇਨਕਿਊਬੇਟਰ ਜਾਂ ਜਰਮੀਨੇਟਰ ਵਿੱਚ ਰੱਖਿਆ ਜਾਂਦਾ ਹੈ। ਇਸ ਦਾ ਰਾਈਟ ਆਨਸਰ ਹੋ ਜੂਗਾ অপਸ਼ਨ ਡੀ ਕਾਗਜ ਵਿਧੀ ਉੱਪਰ ਠੀਕ ਹੈ অপਸ਼ਨ ਡੀ ਰਾਈਟ ਆਨਸਰ ਹੋ ਜੂਗਾ। ਨੈਕਸਟ ਕੁਐਸਚਨ ਕਿਹੜਾ ਗੁਰਦੁਆਰਾ ਸਾਹਿਬ ਸਵਰਨ ਮੰਦਰ ਦੇ ਨਾਮ ਨਾਲ ਮਸ਼ਹੂਰ ਹੈਂ অপਸ਼ਨ B ਰਾਈਟ ਆਨਸਰ ਹੋ ਜੂਗਾ ਸਾਰਿਆਂ ਨੂੰ ਪਤਾ ਹੀ ਹੈ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਪ੍ਰਾਣੀ ਜਗਤ ਵਿੱਚ ਕਿਹੜੇ ਪ੍ਰਾਣੀ ਰੀਡ ਦੀ ਹੱਡੀ ਦੇ ਮਾਲਕ ਹਨ ਇਹਨਾਂ ਵਿੱਚੋਂ ਰੀਡ ਦੀ ਹੱਡੀ ਦੇ ਮਾਲਕ ਕਿਹੜੇ ਪ੍ਰਾਣੀ ਆ ਕਿਹੜੇ ਜੀਵ ਹੈ ਰਾਈਟ ਆਨਸਰ ਇਸ ਦਾ ਹੋ ਜੂਗਾ অপਸ਼ਨ C ਬਰਟੀ ਬਰੇਟਸ ਨੈਕਸਟ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਹਬਜ਼ਾਦੇ ਆਂ ਸਹਬਜ਼ਾਦਾ ਬਾਬਾ ਜੋਰਾਵਾਰ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ ਦੀ ਸ਼ਹੀਦੀ ਯਾਦ ਵਿੱਚ ਕੀ ਮਨਾਇਆ ਜਾਂਦਾ ਹੈ ਜੋੜ ਮੇਲਾ অপਸ਼ਨ ਡੀ ਰਾਈਟ ਆਨਸਰ ਹੋ ਜਾਊਗਾ ਏਟ ਦਿੱਤਿਆਂ ਵਿੱਚੋਂ ਕਿਹੜਾ ਰੋਗ ਜ਼ਮੀਨੀ ਪਾਣੀ ਵਾਲੇ ਪਾਣੀ ਵਿੱਚ ਉੱਚ ਫਲੋਰਾਈਡ ਸੰਗ੍ਰਹਿਣ ਕਾਰਨ ਹੁੰਦਾ ਹੈ ਇਸ ਦਾ ਰਾਈਟ ਆਨਸਰ ਹੋ ਜੂਗਾ অপਸ਼ਨ A ਫਲੋਰੋਸ ਠੀਕ ਹੈ ਫਲੋਰੋਸ ਰੋਗ ਹੁੰਦਾ ਹੈ ਠੀਕ ਹੈ ਦੂਜਾ ਸਿੱਖ ਯੁੱਧ April 1848 ਵਿੱਚ ਡੈਸ਼ ਦੇ ਗਵਰਨਰ ਦੀਵਾਨ ਮੂਲਰਾਜ ਦੇ ਵਿਦਰੋਹ ਨਾਲ ਆਰੰਭ ਹੋਇਆ ਸੀ ਕਿੱਥੋਂ ਦਾ ਗਵਰਨਰ ਸੀ ਦੀਵਾਨ ਮੂਲਰਾਜ ਮਲਤਾਨ ਮਲਤਾਨ ਰਾਈਟ ਆਨਸਰ ਹੋ ਜੂਗਾ অপਸ਼ਨ C ਕਿਹੜੇ ਸਾਲ ਵਿੱਚ ਪੰਜਾਬ ਯੂਨੀਵਰਸਿਟੀ ਦੀ ਸਥਾਪਨਾ ਹੋਈ ਪੰਜਾਬ ਯੂਨੀਵਰਸਿਟੀ ਦੀ ਸਥਾਪਨਾ ਕਿਹੜੇ ਸਾਲ ਦੇ ਵਿੱਚ ਹੋਈ ਸੀ 1882 ਦੇ ਵਿੱਚ ਕਿੱਥੇ ਸੀ ਇਹ ਲਾਹੌਰ ਦੇ ਵਿੱਚ ਸੀ ਉਸ ਤੋਂ ਬਾਅਦ ਚੰਡੀਗੜ੍ਹ ਦੇ ਵਿੱਚ ਆ ਗਈ ਪੰਜਾਬ ਯੂਨੀਵਰਸਿਟੀ ਠੀਕ ਹੈ ਪ੍ਰਕਾਸ਼ ਦੇ ਕਣ ਨੂੰ ਕੀ ਕਹਿੰਦੇ ਹਨ ਪ੍ਰਕਾਸ਼ ਦੇ ਕਣ ਨੂੰ ਕੀ ਕਹਿੰਦੇ ਹਨ ਕੁਐਸਚਨ ਨੰਬਰ 18 ਰਾਈਟ ਆਨਸਰ ਹੋ ਜੂਗਾ ਫੋਟੋਨ ਫੋਟੋਨ ਕਹਿੰਦੇ ਆ ਪ੍ਰਕਾਸ਼ ਦੇ ਕਣ ਨੂੰ 1966 ਤੋਂ ਬਾਅਦ ਪੰਜਾਬ ਦੀ ਰਾਜਧਾਨੀ ਕਿਹੜੀ ਹੈ ਚੰਡੀਗੜ੍ਹ ਸਾਰਿਆਂ ਨੂੰ ਪਤਾ ਹੀ ਅਨਸਰ 1966 ਤੋਂ ਬਾਅਦ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਹੈ ਤ੍ਰਿਵੇਣੀ ਦੀ ਸ਼ੁਰੂਆਤ ਕਿਸ ਨੇ ਕੀਤੀ ਜੋ ਹਿੰਦੂ ਉਰਦੂ ਕਵਿਤਾ ਦਾ ਰੂਪ ਹੈ ਤ੍ਰਿਵੇਣੀ ਦੀ ਸ਼ੁਰੂਆਤ ਕਿਸ ਨੇ ਕੀਤੀ ਇਸ ਦਾ ਰਾਈਟ ਅਨਸਰ ਹੋ ਜੂਗਾ ਆਪਸ਼ਨ A ਗੁਲਜ਼ਾਰ ਪੰਜਾਬ ਦਾ ਕਿਹੜਾ ਤਿਹਾਰ ਮਸ਼ਹੂਰ ਗੁੱਗਾ ਪੀਰ ਜਾਂ नाग ਦੇਵਤਾ ਨੂੰ ਸਮਰਪਿਤ ਹੈ ਕਿਹੜਾ ਤਿਹਾਰ ਸਮਰਪਿਤ ਹੈ ਰਾਈਟ ਆਨਸਰ ਹੋ ਜੂਗਾ ਛਪਾਰ ਦਾ ਮੇਲਾ ਛਪਾਰ ਦਾ ਮੇਲਾ ਰਾਈਟ ਆਨਸਰ ਹੋ ਜੂਗਾ ਕਿਹੜਾ ਕਿਲਾ ਬਠਿੰਡਾ ਦੇ ਕਿਲੇ ਵਜੋਂ ਵੀ ਜਾਣਿਆ ਜਾਂਦਾ ਹੈ ਬਠਿੰਡਾ ਦੇ ਕਿਲੇ ਵਜੋਂ ਕਿਹੜਾ ਕਿਲਾ ਜਾਣਿਆ ਜਾਂਦਾ ਹੈ অপਸ਼ਨ ਤੁਹਾਡੇ ਸਾਹਮਣੇ ਹੈ ਇਸ ਦਾ ਰਾਈਟ ਆਨਸਰ ਹੋ ਜੂਗਾ অপਸ਼ਨ A B ਕਿਲਾ ਮੁਬਾਰਕ ਕਿਲਾ ਮੁਬਾਰਕ ਰਾਈਟ ਆਨਸਰ ਹੋ ਜੂਗਾ ਨੈਕਸਟ ਕੁਐਸ਼ਨ ਹੈ ਪੰਜਾਬ ਵਿੱਚ ਮਹਾਤਮਾ ਗਾਂਧੀ ਸਰਵਤ ਵਿਕਾਸ ਯੋਜਨਾ ਕਦੋਂ ਸ਼ੁਰੂ ਕੀਤੀ ਗਈ ਜੋ ਰਾਜ ਦੇ ਪੇਂਡੂ ਖੇਤਰਾਂ ਵਿੱਚ ਲਾਗੂ ਕੀਤੀ ਗਈ ਸੀ ਇਸ ਦਾ ਰਾਈਟ ਆਨਸਰ ਹੋ ਜੂਗਾ 2018 ਦੇ ਵਿੱਚ ਇਹ ਯੋਜਨਾ ਸ਼ੁਰੂ ਕੀਤੀ ਗਈ ਸੀ ਸਭ ਤੋਂ ਲੰਬੀ ਨਦੀ ਕਿਹੜੀ ਹੈ ਜੋ ਪੰਜਾਬ ਵਿੱਚੋਂ ਲੰਘਦੀ ਹੈ ਪੰਜਾਬ ਦੀ ਸਭ ਤੋਂ ਲੰਬੀ ਨਦੀ ਸਾਰਿਆਂ ਨੂੰ ਪਤਾ ਹੀ ਹੈ ਸਤਲੁਜ অপਸ਼ਨ A ਰਾਈਟ ਆਨਸਰ ਹੋ ਜੂਗਾ ਸਾਲ 2011 ਦੀ ਮਰਦਮਸ਼ੁਮਾਰੀ ਦੇ ਅਨੁਸਾਰ ਪੰਜਾਬ ਦੇ ਸ਼ਹਿਰੀ ਆਬਾਦੀ ਪ੍ਰਤੀਸ਼ਤ ਕਿੰਨੀ ਹੈ ਪੰਜਾਬ ਦੀ ਸ਼ਹਿਰੀ ਆਬਾਦੀ ਕਿੰਨੀ ਹੈ 2011 ਦੀ ਮਰਦਮਸ਼ੁਮਾਰੀ ਦੇ ਅਨੁਸਾਰ অপਸ਼ਨ ਡੀ ਰਾਈਟ ਆਨਸਰ ਹੋ ਜੂਗਾ 37.49% ਭਾਰਤ ਦੇ ਸੰਵਿਧਾਨ ਦੇ ਇਹਨਾਂ ਅਨੁਛੇਦਾਂ ਵਿੱਚੋਂ ਕਿਹੜਾ ਸੰਵਿਧਾਨ ਦੀ ਸੋਧ ਦੀ ਵਿਧੀ ਬਾਰੇ ਚਰਚਾ ਕਰਦਾ ਹੈ ਰਾਈਟ ਆਨਸਰ ਹੋ ਜੂਗਾ ਅਨੁਛੇਦ 368 ਠੀਕ ਹੈ 368 ਸੰਵਿਧਾਨ ਦੀ ਸੋਧ ਬਾਰੇ ਚਰਚਾ ਕਰਦਾ ਹੈ ਨੈਕਸਟ ਕੁਐਸਚਨ ਇਹਨਾਂ ਵਿੱਚੋਂ ਕਿਸ ਨੂੰ ਨਿਰਭਰੋਧ ਭਾਰਤ ਦਾ ਰਾਸ਼ਟਰਪਤੀ ਚੁਣਿਆ ਗਿਆ ਸੀ ਇਹ ਕੁਐਸਚਨ ਮੈਂ ਤੁਹਾਨੂੰ 2-3 ਵਾਰੀ ਕਰਵਾ ਚੁੱਕਿਆ ਹਾਂ ਜੋ ਤੁਹਾਡੀਆਂ ਕਲਾਸਾਂ ਲਗਾ ਰਹੇ ਹਾਂ ਠੀਕ ਹੈ 2-3 ਵਾਰੀ ਮੈਂ ਦੱਸ ਚੁੱਕਿਆ ਤਾਂ ਹੀ ਮੈਂ ਕਹਿੰਦਾ ਹੁਣ ਕਿ ਕਲਾਸਾਂ ਨੂੰ ਧਿਆਨ ਨਾਲ ਲਗਾਇਆ ਕਰੋ ਜੋ ਕੁਐਸਚਨ ਕਿ ਮੈਂ ਕਰਵਾਉਣਾ ਇਹਨਾਂ ਵਿੱਚੋਂ ਹੀ ਕਾਫੀ ਕੁਐਸਚਨ ਦੇਖਣ ਨੂੰ ਮਿਲਣਗੇ ਪੇਪਰ ਵਿੱਚ ਠੀਕ ਹੈ ਨ ਸੰਜੀਵ ਰੈਡੀ অপশন সি রাইট आंसर होजुगा ਸੰਸਦ ਦੇ ਦੋ ਸੈਸ਼ਨਾਂ ਵਿਚਕਾਰ ਅੰਤਰਾਲ ਕਿੰਨੇ ਤੋਂ ਵੱਧ ਨਹੀਂ ਹੋ ਸਕਦਾ 6 ਮਹੀਨੇ ਠੀਕ ਹੈ ਇਹ ਕੁਐਸਚਨ ਵੀ ਬਹੁਤ ਬਾਰੀ ਮੈਂ ਤੁਹਾਨੂੰ ਕਰਵਾ ਚੁੱਕਿਆ ਹਾਂ ਠੀਕ ਹੈ ਕੁਐਸਚਨ 28 ਰਾਈਟ 28 ਦਾ ਰਾਈਟ ਆਨਸਰ ਹੋਜੂਗਾ অপশন ਡੀ 6 ਮਹੀਨੇ ਤੋਂ ਜ਼ਿਆਦਾ ਤਿੰਨ ਸੈਸ਼ਨ ਹੁੰਦੇ ਆ ਸਾਲ ਦੇ ਵਿੱਚ ਸੰਸਦ ਦੇ ਠੀਕ ਹੈ ਇਹਨਾਂ ਵਿਚ ਅੰਤਰਾਲ 6 ਮਹੀਨੇ ਤੋਂ ਜ਼ਿਆਦਾ ਨਹੀਂ ਹੋ ਸਕਦਾ 6 ਮਹੀਨੇ ਦੇ ਵਿੱਚ ਵਿੱਚ ਸੈਸ਼ਨ ਹੋਣਾ ਚਾਹੀਦਾ ਹੈ ਇਹਨਾਂ ਵਿੱਚ ਕਿਸ ਕੇਂਦਰ ਸ शासित ਪ੍ਰਦੇਸ਼ ਵਿੱਚ ਉਪਰਾਜਪਾਲ ਇਸ ਦਾ ਪ੍ਰਸ਼ਾਸਕੀ ਮੁਖੀ ਹੈ ਇਸ ਦਾ ਰਾਈਟ ਆਨਸਰ ਹੋ ਜਾਊਗਾ অপশন এ ਦਿੱਲੀ ਦੇ ਵਿੱਚ ਉਪਰਾਜਪਾਲ ਇਸ ਦਾ ਪ੍ਰਸ਼ਾਸਕੀ ਮੁਖੀ ਹੈ ਕਿਹੜੀ ਸੰਵਿਧਾਨਕ ਸੋਧ ਨੇ ਸਿੱਖਿਆ ਦੇ ਅਧਿਕਾਰ ਨੂੰ ਇੱਕ ਬੁਨਿਆਦੀ ਅਧਿਕਾਰ ਵਜੋਂ ਸਥਾਪਿਤ ਕੀਤਾ ਕਿਹੜੀ ਸੋਧ ਨੇ ਕੀਤਾ ਆਪਸ਼ਨ ਸੀ ਰਾਈਟ ਆਨਸਰ ਹੋ ਜਾਊਗਾ 86ਵੀਂ ਸੋਦ 86ਵੀਂ ਸੋਦ ਨੇ ਸਿੱਖਿਆ ਦੇ ਅਧਿਕਾਰ ਨੂੰ ਬੁਨਿਆਦੀ ਅਧਿਕਾਰ ਵਜੋਂ ਸਥਾਪਿਤ ਕੀਤਾ 86ਵੀਂ ਸੋਦ ਹੇਠ ਦਿੱਤਿਆਂ ਵਿੱਚੋਂ ਕਿਹੜੀ ਪਹਿਲੀ ਲੜੀ ਦੇ ਲੀਵਰ ਦੀ ਉਦਾਹਰਣ ਹੈ ਇਸ ਦਾ ਰਾਈਟ ਆਨਸਰ ਹੋ ਜਾਊਗਾ ਆਪਸ਼ਨ ਏ ਨੈਕਸਟ ਕੁਐਸਚਨ ਜ਼ਿਲ੍ਹਾ ਪ੍ਰੀਸ਼ਦ ਵਿੱਚ ਸ਼ਾਮਲ ਹੁੰਦੇ ਹਨ ਕੌਣ ਕੌਣ ਸ਼ਾਮਲ ਹੁੰਦਾ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ অপਸ਼ਨ A ਰਾਈਟ ਆਨਸਰ ਹੋ ਜੂਗਾ ਪੰਚਾਇਤ ਸੰਮਤੀ ਦੇ ਸਾਰੇ ਪ੍ਰਧਾਨ 73ਵੀਂ ਸੰਵਿਧਾਨਕ ਸੋਧ ਅਨੁਸਾਰ ਪੰਚਾਇਤ ਮੈਂਬਰ ਬਣਨ ਲਈ ਨਿਰਧਾਰਿਤ ਘੱਟੋ-ਘੱਟ ਕਿੰਨੀ ਉਮਰ ਹੈ ਕਿੰਨੀ ਉਮਰ ਹੈ 21 ਸਾਲ ਠੀਕ ਹੈ ਪੰਚਾਇਤ ਮੈਂਬਰ ਬਣਨ ਲਈ 21 ਸਾਲ ਦੀ ਉਮਰ ਆ ਘੱਟੋ-ਘੱਟ ਚਾਹ ਸਰਪੰਚ ਬਣਨਾ ਜਾਂ ਫਿਰ ਪੰਚ ਵੜਨਾ ਹੈ। ហេਠ ਦਿੱਤਿਆਂ ਵਿੱਚੋਂ ਭਾਰਤੀ ਸੰਵਿਧਾਨ ਦੀ ਕਿਹੜੀ ਅਨੁਸੂਚੀ ਵਿੱਚ ਸੰਗ ਰਾਜ ਅਤੇ ਸੰਵਰਤੀ ਸੂਚੀਆਂ ਦਾ ਵੇਰਵਾ ਸ਼ਾਮਲ ਹੈ? ਰਾਈਟ ਆਨਸਰ ਹੋ ਜੂਗਾ অপਸ਼ਨ A B 7ਵੀਂ ਸੂਚੀ ਦੇ ਵਿੱਚ ਇਹ ਵੇਰਵਾ ਸ਼ਾਮਲ ਹੈ। ਭਾਰਤ ਦਾ ਭਾਰਤੀ ਸੰਵਿਧਾਨ ਦਾ ਕਿਹੜਾ ਅਨੁਛੇਦ ਇਹ ਕਹਿੰਦਾ ਹੈ ਕਿ ਰਾਜ ਕਾਨੂੰਨ ਸਾਹਮਣੇ ਕਿਸੇ ਵੀ ਵਿਅਕਤੀ ਨੂੰ ਸਮਾਨਤਾ ਤੋਂ ਇਨਕਾਰ ਨਹੀਂ ਕਰੇਗਾ। ਵਪਾਰਤ ਦੇ ਕਿਸੇ ਵੀ ਪ੍ਰਦੇਸ਼ ਵਿੱਚ ਕਾਨੂੰਨਾਂ ਦੀ ਸਮਾਨਤਾ ਦੀ ਰੱਖਿਆ ਕਰੇਗਾ ਰਾਈਟ ਆਨਸਰ ਇਸ ਦਾ ਹੋ ਜੂਗਾ অপਸ਼ਨ ਬੀ ਅਨੁਛੇਦ 14 ਠੀਕ ਹੈ ਅਨੁਛੇਦ 14 ਸੋ ਇਹ ਜੀਕੇ ਦੇ ਕੁਸ਼ਚਨ ਮੈਂ ਕਰਵਾਏ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਤੁਹਾਨੂੰ ਬਾਕੀ ਜਿਹੜੇ ਕੁਸ਼ਚਨ ਰਹਿ ਗਏ ਕੰਪਿਊਟਰ ਪੰਜਾਬੀ ਉਹ ਸਾਰੇ ਮੈਂ ਕਰਵਾ ਦੂੰਗਾ ਇਸੇ ਤਰ੍ਹਾਂ ਤੁਹਾਡੇ 4 ਸੈੱਟ ਪੂਰੇ ਕਰਵਾ ਦੇਣੇ ਇਹ ਸੈਕੰਡ ਸੈੱਟ ਸੀ ਠੀਕ ਹੈ ਇਸ ਦੇ 35 ਕੁਐਸਚਨ ਮੈਂ ਕਰਵਾਏ ਆ ਇਸ ਤੋਂ ਪਹਿਲਾਂ ਫਰਸਟ ਸੈੱਟ ਦੇ ਕੁਐਸਚਨ ਵੀ ਮੈਂ ਤੁਹਾਨੂੰ ਕਰਵਾ ਚੁੱਕੇ ਆ ਠੀਕ ਹੈ ਤਾਂ ਜੋ ਤੁਹਾਨੂੰ ਆਈਡੀਆ ਲੱਗ ਸਕੇ ਕਿ ਇਸ ਤਰ੍ਹਾਂ ਦੇ ਕੁਐਸਚਨ ਪੇਪਰ ਵਿੱਚ ਆ ਸਕਦੇ ਆ ਤੇ ਤੁਹਾਡੀ ਤਿਆਰੀ ਵੀ ਬਿਲਕੁਲ ਫ੍ਰੀ ਦੇ ਵਿੱਚ ਚੱਲ ਰਹੀ ਹੈ ਇਸ ਚੈਨਲ ਦੇ ਉੱਤੇ ਪਲੇਲਿਸਟ ਵਿੱਚ ਜਾ ਕੇ ਹੁਣ ਤੱਕ ਦੀਆਂ ਸਾਰੀਆਂ ਵੀਡੀਓਜ਼ ਤੁਸੀਂ ਦੇਖ ਲਿਓ ਤੇ ਵੀਡੀਓ ਨੂੰ ਸ਼ੇਅਰ ਕਰਿਓ WhatsApp ਦੇ ਉੱਤੇ ਮੈਂ ਸਾਰੇ ਜਾਣੇ ਜ਼ਰੂਰ ਕਰ ਲਓ ਜੇ ਬੁੱਕ ਲੈਣੀ ਹੈ ਤਾਂ ਵੀ ਤੁਸੀਂ ਉਸ ਦੇ ਬਾਰੇ ਜਾਣਕਾਰੀ WhatsApp ਦੇ ਉੱਤੇ ਲੈ ਸਕਦੇ ਆ ਧੰਨਵਾ